ਵਾਹਿ ਜੀ ਕਾ ਖਾਲਸਾ ਵਾਹਿ ਜੀ ਫਤਿਹ। ਸਾਥੀਓ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨ ਅੰਦੋਲਨ ਬਹੁਤ ਜ਼ੋਰ ਸ਼ੋਰ ਨਾਲ ਸਾਡੇ ਭਾਰਤ ਦੇਸ਼ ਦੇ ਵਿੱਚ ਚੱਲ ਰਿਹਾ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਬਹੁਤ ਹੀ ਮਜ਼ਬੂਤੀ ਦੇ ਨਾਲ ਆਪਣੇ ਪੱਖ ਰੱਖ ਰਹੀਆਂ ਨੇ ਤੇ ਦਿੱਲੀ ਦੇ ਵਿੱਚ ਸਾਨੂੰ ਵੀ ਟਰਾਂਸਪੋਰਟੇਸ਼ਨ ਨਿਭਾਉਣ ਦਾ ਇਹਨਾਂ ਦੇ ਨਾਲ ਮੌਕਾ ਮਿਲਿਆ ਤੇ ਅੱਜ ਗੁਰੂ ਘਰ ਦਾ ਲੰਗਰ ਆਇਆ ਸੀ ਤੇ ਲੰਗਰ ਛਕਾਉਣ ਦਾ ਸਾਨੂੰ ਅੱਧੇ ਕੁ ਘੰਟੇ ਵਾਸਤੇ ਮੌਕਾ ਮਿਲਿਆ ਤੇ ਅੱਧੇ ਕੁ ਘੰਟੇ ਦੇ ਵਿੱਚ ਅਸੀਂ ਇੱਕ ਦੋ ਫੋਟੋਆਂ ਲਈਆਂ ਸੀਗੀਆਂ ਜਿਹੜੀਆਂ ਕਿ ਅਸੀਂ ਇੱਕ ਪ੍ਰੂਫ ਦੇ ਤੌਰ ਤੇ ਰੱਖੀਆਂ ਨੇ ਵੀ ਅੱਜ ਸਾਡੇ ਕਿਸਾਨਾਂ ਦੀ ਪਹਿਲੀ ਜਿੱਤ ਹੋਈ ਹੈ। ਇਹਨਾਂ ਨੇ ਉਹਨਾਂ ਦੀ ਰੋਟੀ ਨਹੀਂ ਖਾਧੀ ਅੱਜ ਤੱਕ, ਇਹਨਾਂ ਨੇ ਚਾਹ ਨਹੀਂ ਉਹਨਾਂ ਦੀ ਪੀਤੀ, ਲੇਕਿਨ ਅੱਜ ਉਹਨਾਂ ਨੇ ਸਾਡੇ ਗੁਰੂ ਘਰ ਦਾ ਲੰਗਰ ਜ਼ਰੂਰ ਛਕਿਆ। ਸੋ ਜਿਹੜਾ ਇਹ ਸੋਸ਼ਲ ਦਿਖਾਵੇ ਜੇ ਨੇ ਜਿਹੜੇ ਇਹਨਾਂ ਦੇ, ਇਹਨਾਂ ਫੋਟੋਆਂ ਨੂੰ ਇਸ ਚੀਜ਼ ਨਾਲ ਨਾ ਜੋੜਿਆ ਜਾਵੇ। ਅਸੀਂ ਤਾਂ ਸਿਰਫ ਜਿਹੜੇ ਸਾਡੀਆਂ ਜੋ ਕਿਸਾਨ ਜਥੇਬੰਦੀਆਂ ਨੇ ਅੰਦਰ ਫੈਸਲੇ ਲੈਣੇ ਆ, ਕਿਉਂਕਿ ਅਸੀਂ ਕਿਸਾਨ ਜਥੇਬੰਦੀਆਂ ਦੀ ਟੀਮ ਦੇ ਵਿੱਚ ਨਹੀਂ ਹੈਗੇ ਤੇ ਉਹ ਜਿਹੜੇ ਫੈਸਲੇ ਨੇ ਕਿਸਾਨ ਜਥੇਬੰਦੀਆਂ ਬਹੁਤ ਸਟਰੋਂਗਲੀ ਲੈ ਰਹੀਆਂ ਨੇ ਤੇ ਜੇ ਫੋਟੋ ਦੇ ਨਾਲ ਇਹਨਾਂ ਨੂੰ ਤੇ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਅਸੀਂ ਤੱਕ ਆਪਦੇ ਪ੍ਰੂਫ ਦੇ ਤੌਰ ਤੇ ਰੱਖੀਏ ਕਿ ਅਸੀਂ ਇਹਨਾਂ ਨੂੰ ਅੱਜ ਲੰਗਰ ਛਕਾਉਣ ਦੇ ਵਿੱਚ ਕਾਮਯਾਬ ਹੋ ਗਏ ਹਾਂ। ਔਰ ਜਿੰਦਾ ਖਾਧਾ ਅੱਜ ਅੰਨ, ਹੁਣ ਉਹਦਾ ਕਰ ਦਿਓ ਘੱਟੋ ਘੱਟ ਕੰਮ।